ਬਹੁਤ ਹੀ ਸਤਿਕਾਰਯੋਗ ਈਟੀਟੀ ਬੇਰੁਜ਼ਗਾਰ ਅਧਿਆਪਕ ਸਾਥੀਓ ਜਿੱਦਾਂ ਕਿ ਹੁਣ ਆ ਦੇਖੋ ਨਾ ਇੱਕ ਇਹਦਾ ਹਾਈ ਕੋਰਟ ਆਫ ਜੁਡੀਸ਼ੀਅਲ ਐਟ ਪਟਨਾ ਜੂਰਿਸਡਿਕਚਰ ਆਫ ਐਟ ਪਟਨਾ ਰਿਟ ਸਿਵਲ ਡਿਟੀ ਜੂਰੀਡਿਕਸ਼ਨ ਕੇਸ ਨੰਬਰ ਇਹਨਾਂ 470 ਆਫ 2000 ਬੀ ਹੁਣ ਇਹਦੇ ਵਿੱਚ ਤੁਸੀਂ ਅਗਰ ਪੇਜ ਨੰਬਰ 33 ਤੇ ਜਾਓ ਤੇ 33 ਦੇ ਉੱਤੇ ਆ ਰਿਟਨ ਸਬਮਿਸ਼ਨ ਔਨ ਬਿਹਾਫ ਆਫ ਰਿਸਪੋਂਡੈਂਟ ਨੰਬਰ 3 ਐਨਸੀਟੀਈ ਮਤਲਬ ਐਨਸੀਟੀ ਦਾ ਜਿਹੜਾ ਜੋ ਉਹਨੇ ਜਵਾਬ ਦਿੱਤਾ ਹੈ ਉਹਦੇ ਬਾਰੇ ਲਿਖਿਆ ਹੈਗਾ ਹੁਣ ਇਹਦੇ ਵਿੱਚ ਤੁਸੀਂ ਪੇਜ ਨੰਬਰ ਜਿਹੜਾ ਪੁਆਇੰਟ ਨੰਬਰ 5 ਆ ਉਹਦੇ ਵਿੱਚ ਦੇਖੋ ਤਾਂ ਦੈਟ ਬੈਚਲਰ ਆਫ ਐਜੂਕੇਸ਼ਨ ਬੀਐਡ ਪ੍ਰੋਗਰਾਮ ਇਜ਼ ਅ ਪ੍ਰੋਫੈਸ਼ਨਲ ਕੋਰਸ ਦੈਟ ਪ੍ਰਿਪੇਅਰਸ ਟੀਚਰਸ ਫਾਰ ਅਪਰ ਪ੍ਰਾਇਮਰੀ ਆਫ ਮਿਡਲ ਕਲਾਸ सेक्रटरी लैवल से सेकेंडरी लैवल ठीक है ना दैट सीन्स डी एल एड एम्स टू प्रिपेयर टीचर फॉर द एलिमेंट्री स्टेज ऑफ एजुकेशन द डिप्टी सेक्रटरी ऑफ एजुकेशन डिपार्टमेंट गवर्नमेंट ऑफ बिहार वाइड मीमो नंबर सोलह सौ सतर डेटेड सतारा बारह दो हजार दैट अपॉइंटमेंट ऑफ प्राइमरी टीचर्स प्रैफर प्रेफरेंस विल भी गिवन टू द टू ईयर courses and only when no such candidates are available candidates having b.ed will be recruited but qualification has not changed it is therefore prayed that your lordship may graciously be pleased dismiss the repetition and or pass such the order or order as many deemed fit and pray proper and for this respondent number three shall be shall ever pray Can ਤੋ ਮਤਲਬ A ਇੱਕ NCT ਦੇ ਹੀ ਆਪਣੇ ਆਪ ਦੇ ਉੱਤੇ ਰਿਸਪੋਨਡੈਂਟ ਨੰਬਰ 3 ਦੇ ਤੌਰ ਦੇ ਉੱਤੇ ਪੇਸ਼ ਹੋ ਕੇ ਇਹ ਸਬਮਿਸ਼ਨ ਕੀਤੀ ਹੈਗੀ ਹੈ ਕਿ ਜਿਹੜਾ ਐਲੀਮੈਂਟਰੀ ਐਜੂਕੇਸ਼ਨ ਡਿਪਲੋਮਾ ਬੜਾ ਹੈ ਜਾਂ DLD ਹੈ ਜਾਂ ITT ਹੈ ਉਹਨੂੰ ਹੀ ਪ੍ਰੈਫਰੈਂਸ ਦਿੱਤੀ ਜਾਵੇ ਕਿਉਂਕਿ ਉਹ ਜਿਹੜਾ ਹੈ ਉਹ ਪ੍ਰੋਪਰ ਕੁਆਲਿਫਿਕੇਸ਼ਨ ਰੱਖਦਾ ਹੈ ਐਲੀਮੈਂਟਰੀ ਐਜੂਕੇਸ਼ਨ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਤੋ ਇਹ ਸਾਡੇ ਲਈ ਸਭ ਤੋਂ ਵੱਡੀ ਪੋਜ਼ਿਟਿਵ ਚੀਜ਼ ਹੈ ਤੇ ਹੁਣ ਅਗਰ 20 ਤਰੀਕ ਨੂੰ ਸਾਡਾ ਇਹਨਾਂ ਦਾ ਜੋ ਵੀ ਜਜਮੈਂਟ ਆਂਦੀ ਹੈ ਜੋ ਵੀ ਇਹਨਾਂ ਦਾ ਆਪਣਾ ਸਿਟੀ ਦਾ ਜਵਾਬ ਆਂਦਾ ਆ ਜੇ ਤਾਂ ਉਹ ਜਵਾਬ ਆ ਜਾਂਦਾ ਉਹ ਜਵਾਬ ਤਾਂ ਇਹੀ ਹੋਏਗਾ ਤਾਂ ਫਿਰ ਤਾਂ ਬਹੁਤ ਵਧੀਆ ਹੈ ਜੇ ਨਹੀਂ ਆਏਗਾ ਤੇ ਘੱਟੋ ਘੱਟ ਸਾਡੇ ਕੋਲ ਇਹ ਜਵਾਬ ਹੈਗਾ ਜਿਹੜਾ ਸਾਨੂੰ ਹੈਲਪਫੁਲ ਹੋ ਸਕਦਾ ਸੋ ਇਹੀ ਮੇਰੀ ਸਗੀ ਸਬਮਿਸ਼ਨ ਤੁਹਾਡੇ ਸਾਹਮਣੇ ਧੰਨਵਾਦ